ਇਹ ਹੈਗਾ ਜੀ 2013 ਮਾਡਲ, ਹਰਿਆਣਾ ਨੰਬਰ ਟਰੈਕਟਰ ਆ, 14 ਦੇ ਟੈਰਾਂ ਦੇ ਵਿੱਚ ਆ, ਸੋਹਣੇ ਦਾ ਸੱਠ 'ਤੇ ਲੱਗਿਆ ਹੋਇਆ, ਸਿਕੰਦਰ 'ਤੇ ਆਪਣਾ 60 ਪਾਵਰ ਦੀ ਕੈਟੇਗਰੀ ਦਾ ਵਧੀਆ ਹੈਵੀ ਲੋਡਰ ਲੱਗਿਆ ਹੋਇਆ। ਆਹ ਦੇਖ ਸਕਦੇ ਤੁਸੀਂ ਮੂਹਰੇ ਬਕਟ, ਇੱਧਰ ਸਿਕੰਦਰ ਖੜਾ ਜੀ 750 RX DI ਲਗਭਗ ਟਾਇਰ ਦੀ ਕੰਡੀਸ਼ਨ ਹੈਗੀ 70%, 14-28 ਦੇ ਟਾਇਰ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਆਪਣੇ ਜਨਵਰੀ ਦੇ ਵਿੱਚ। ਪਿਆਰੇ ਵੀਰੋ, ਅੱਜ ਖੜ੍ਹੇ ਆਪਾਂ ਸੋਨਾਲੀਕਾ ਦੀ ਏਜੰਸੀ ਦੇ ਵਿੱਚ, ਅਤੇ ਉਰੇ ਨਾ ਭਰਾਵਾਂ ਕੋਲ ਟਰੈਕਟਰ ਨੇ, ਪੁਰਾਣੇ ਕੱਟੇ ਹੋਏ ਜਿਹੜੇ ਸੇਲ ਵਾਸਤੇ ਟਰੈਕਟਰ ਨੇ, ਆਹ ਵੀ ਟਰੈਕਟਰ ਖੜ੍ਹੇ ਨੇ। ਬਾਕੀ ਮੈਂ ਤੁਹਾਨੂੰ ਮੋਟੇ ਮੋਟੇ 2-4 ਟਰੈਕਟਰਾਂ ਦੱਸੂੰਗਾ, ਬਾਕੀ ਤੁਸੀਂ ਆਪਣਾ ਫੋਨ ਨੰਬਰ ਦੇ ਦਾਂਗੇ ਬਾਈ ਦਾ, ਤੁਸੀਂ ਫੋਨ 'ਤੇ ਕੰਟੈਕਟ ਕਰਕੇ ਆਪਣਾ ਗੱਲ ਕਰ ਸਕਦੇ ਹੋ। ਇਹ ਸਭ ਤੋਂ ਬੜਾ ਟਰੈਕਟਰ ਆਪਣੇ ਕੋਲ ਜੌਂਡੀਅਰ 5310, ਇਹ ਟਰੈਕਟਰ ਹੈਗਾ ਜੀ 2017 ਮਾਡਲ। ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ, ਆਪਣਾ ਜਿਹੜੇ ਟਾਇਰਾਂ ਦੀ ਕੰਡੀਸ਼ਨ ਆ, ਲਗਭਗ 80% ਟਾਇਰ ਹੈਗੇ ਨੇ ਪਿਆਰੇ। ਬਾਕੀ ਮੂਹਰੇ ਵੇਟ ਵੂਟ ਬੰਪਰ ਉੱਪਰ ਲੱਗਿਆ ਹੋਇਆ, ਅਤੇ ਬਾਡੀ ਪੱਖੋਂ ਟਰੈਕਟਰ ਕਾਫੀ ਸਾਫ਼ ਸੁਥਰਾ, ਅਤੇ 5,95,000 ਰੁਪਏ ਟਰੈਕਟਰ ਦੀ ਡਿਮਾਂਡ ਆ। ਬਾਕੀ ਮੌਕੇ 'ਤੇ ਮਾਣ ਕਰ ਦੇਣਗੇ ਮਾੜਾ ਮੋਟਾ। ਅਤੇ ਦੂਜਾ ਕਹੀ ਸਵਰਾਜ 855, ਇਹ ਹੈਗਾ ਹਰਿਆਣਾ ਨੰਬਰ, ਇਹ ਹੈਗਾ ਜੀ 2013 ਮਾਡਲ, ਹਰਿਆਣਾ ਨੰਬਰ ਟਰੈਕਟਰ ਆ, 14 ਦੇ ਟਾਇਰਾਂ ਦੇ ਵਿੱਚ ਆ, ਟਾਇਰਾਂ ਦੀ ਕੰਡੀਸ਼ਨ ਲਗਭਗ 60% ਆਪਣਾ, ਇਹਦੇ ਟਾਇਰ ਜਿਹੜੇ ਪਿਛਲੇ ਹੈਗੇ ਨੇ ਮੁੱਢਲੇ ਟਾਇਰ ਲਗਭਗ ਬ੍ਰਾਂਡ ਨਿਊ ਨੇ। ਜਿਹੜਾ ਕਦੀ ਪਾਵਰ ਸਟੇਰਿੰਗ ਰਹਿੰਦਾ ਸਿੰਪਲ ਵਾਲਾ, ਇਹ ਆਪਣਾ ਸਿੰਪਲ ਸਟੇਰਿੰਗ ਦੇ ਵਿੱਚ ਆ, 2013 ਦਾ ਮਾਡਲ, ਹਰਿਆਣਾ ਨੰਬਰ 855, 370,000 ਰੁਪਏ ਇਹਦੀ ਡਿਮਾਂਡ ਆ। ਬਾਕੀ ਆਪਣਾ ਇਹ ਵੀ ਹੋ ਜਾਊਗਾ ਮੌਕੇ 'ਤੇ ਘੱਟ ਵੱਧ ਕਰ ਦੇਣਗੇ, ਛਾਤਰੀ ਲੱਗੀ ਹੋਈ ਆ ਉੱਪਰ ਇਹਦੇ, ਵਧੀਆ ਕੰਡੀਸ਼ਨ ਦੇ ਵਿੱਚ ਆ, ਐਨ ਆਪਣਾ ਵਧੀਆ ਕੰਡੀਸ਼ਨ 'ਤੇ ਪਈ ਹੈ। ਅਤੇ ਤੁਹਾਨੂੰ ਕਿਹਾ ਦਿਖਾਉਂਦੇ ਆਪਾਂ ਲੋਡਰ ਵਾਲਾ, ਆ ਖੜ੍ਹੇ ਜੇ ਮੇਰੇ ਭਰਾ ਨੇ ਲੋਡਰ ਲੈਣਾ ਹੋਵੇ, ਅਤੇ ਤੁਸੀਂ ਦੇਖ ਸਕਦੇ ਹੋ, ਸੋਹਣਾ ਜਿਹੜਾ 60 'ਤੇ ਲੱਗਿਆ ਹੋਇਆ, ਸਿਕੰਦਰ 'ਤੇ ਆਪਣਾ 60 ਪਾਵਰ ਦੀ ਕੈਟੇਗਰੀ ਦਾ ਵਧੀਆ ਹੈਵੀ ਲੋਡਰ ਲੱਗਿਆ ਹੋਇਆ। ਆਹ ਦੇਖ ਸਕਦੇ ਤੁਸੀਂ ਮੂਹਰੇ ਬਕਟ ਇਹਦਾ, ਇਹ ਟਰੈਕਟਰ ਹੈਗਾ ਜੀ 2020 ਮਾਡਲ ਟਰੈਕਟਰ ਆ, ਆਪਣਾ RX ਸਿਕੰਦਰ ਸੀ 60। ਬਾਕੀ ਪੰਪ ਉੱਪੇ ਤਾਂ ਓਕੇ ਨੇ, ਟਾਇਰ ਟੂਰ ਤੁਸੀਂ ਚੈੱਕ ਕਰ ਸਕਦੇ ਹੋ, ਆਪਣਾ ਟਾਇਰ ਦੀ ਕੰਡੀਸ਼ਨ ਚੈੱਕ ਕਰ ਲਓ, ਪੰਪ ਉੱਪ ਵਧੀਆ ਕੰਡੀਸ਼ਨ ਦੇ ਵਿੱਚ ਪਏ ਨੇ। ਇਹ 2020 ਮਾਡਲ, 6.5 ਲੱਖ ਰੁਪਏ ਦੀ ਡਿਮਾਂਡ ਆ ਜਿਹੜੀ ਰੱਖੀ ਗਈ ਹੈ। ਬਾਕੀ ਵਰਲਡ ਟਰੈਕ 60 ਖੜ੍ਹੇ ਹੈ ਆਪਣਾ ਸਰਲ ਗੇਅਰ ਦੇ ਵਿੱਚ, ਆ ਤੁਸੀਂ ਦੇਖ ਸਕਦੇ ਹੋ, ਇਹ ਟਰੈਕਟਰ ਖੜ੍ਹੇ ਆਏ ਨੇ, ਤਾਂ ਕਰਕੇ ਇਹਨਾਂ ਦੀ ਬਾਹਲੀ ਆਪਣਾ ਜਾਣਕਾਰੀ ਨਹੀਂ ਹੈਗੀ। ਇਹ ਵਰਲਡ ਟਰੈਕ 60 ਆ ਸਰਲ ਗੇਅਰ ਦੇ ਵਿੱਚ, ਜਿਹੜੀ ਦਿਖਾ ਦੇ, ਇਹ ਵੀ ਵਧੀਆ ਕੰਡੀਸ਼ਨ ਵੀ ਟਰੈਕਟਰ ਆ, ਪਾਵਰ ਸਟੇਰਿੰਗ ਦੇ ਵਿੱਚ ਆ, 3 ਸਪੀਡ ਦੇ ਵਿੱਚ 60 ਪਾਵਰਾਂ ਦਾ, ਸੁਪਰ ਸੀਟਰ ਵਾਸਤੇ ਜੇ ਕਿਸੇ ਨੂੰ ਚਾਹੀਦਾ ਹੋਵੇ, ਅਤੇ ਆਪਣਾ ਇੱਧਰ ਸਿੰਪਲ ਆ ਗਿਆ। ਹਾਂ, ਇਹਨੂੰ ਦਿਖਾ ਮਾੜਾ ਜਿਹਾ ਸਮਾਰ ਕੇ,
ਅਲਟ੍ਰੈਕ 60 RX ਆਪਣਾ ਡਬਲ ਐਕਟਿਵ ਪਾਵਰ ਸਟੀਅਰਿੰਗ 60 ਗੇਅਰ ਉੱਪਰ 7 ਲੱਗੀ ਹੋਈ ਜਾਂ ਮੋਟੇ ਪੈਪਾਂ ਵਾਲੀ ਅਤੇ ਇਹ ਆ ਗਿਆ ਆਪਣਾ ਸਿੰਪਲ RX ਉਸ ਸਪੀਡ ਦੇ ਵਿੱਚ 60 ਪਾਵਰਾਂ ਦਾ ਵਾਲਾ DI RX ਇਹ ਜਿਹੜੇ ਟਾਇਰ ਨੇ ਲਗਭਗ 40% ਹੈਗੇ ਨੇ ਆਪਣਾ ਦਾ ਬਲਟਰੈਕ 60 ਦਾ ਇਹਦੇ ਵੀ 40% ਟਾਇਰ ਪਏ ਨੇ ਅਤੇ ਇੱਧਰ ਸਿਕੰਦਰ ਖੜਾ ਜੀ 750 RX DI ਲਗਭਗ ਟਾਇਰ ਦੀ ਕੰਡੀਸ਼ਨ ਹੈਗੀ 70% 14-18 ਦੇ ਟਾਇਰ ਨੇ ਅਤੇ ਪਿੱਛੇ ਫੋਰ ਖੜੇ ਆ ਆ ਫੋਰ ਲਿਖਾ ਦੇ ਗਰੀਬ ਔਰ 3700 ਖੜੇ ਆ ਜੇ ਕਿਸੇ ਮੇਰੇ ਭਰਾ ਨੇ ਤਿਆਰ ਕਰਵਾਉਣਾ ਹੋਵੇ ਤਾਂ ਓਰੀਜਨਲ ਜੇ ਕਿਸੇ ਮੇਰੇ ਭਰਾ ਨੇ ਲੈਣਾ ਹੋਵੇ ਤਾਂ ਟਾਇਰ ਲਗਭਗ ਹੈਗੇ ਨੇ ਪਿਛਲੇ 40-45 ਪੈਸੇ ਮੁੱਢੇ ਰੱਖ ਡਾਊਨ ਨੇ ਇੱਧਰ ਪਿੱਛੇ 750 ਖੜੇ ਆ ਸੋਨਾਲੀਕਾ ਇੰਟਰਨੈਸ਼ਨਲ 750 ਇਹਦੇ ਵੀ ਟਾਇਰ ਲਗਭਗ 50% ਪਏ ਨੇ ਹਾਂਜੀ ਇਹ ਟਰੈਕਟਰ ਨੇ ਜਿਹੜੇ ਏਜੰਸੀ ਦੇ ਵਿੱਚ ਕੱਟੇ ਹੋਏ ਨੇ ਇਹ ਸੇਲ ਵਾਸਤੇ ਟਰੈਕਟਰ ਮੌਜੂਦ ਨੇ ਅਵੇਲੇਬਲ ਨੇ ਬਾਕੀ ਜਿਹੜੀ ਇਹਨਾਂ ਦੀ ਜਾਣਕਾਰੀ ਆ ਹੁਣ ਟਰੈਕਟਰ ਇਹ ਥੋੜ੍ਹੇ ਜਿਹੇ ਹੁਣ ਆਏ ਨੇ ਆਪਣਾ ਬਾਗਾਂ ਵੀ ਹਲੇ ਥੋੜ੍ਹੇ ਜਿਹੇ ਰੇਟ ਮੋਡਲਾਂ ਦੀ ਇੰਨੀਆਂ ਦਾ ਵੀ ਮੇਰੇ ਧਿਆਨ 'ਚ ਦੇ ਵਿੱਚ ਨਹੀਂ ਹੈਗੇ ਵੀ ਇਹ ਆਪਾਂ ਥਰੂ ਮੈਂ ਨੰਬਰ ਦੇ ਦੇਣਾ ਉਹਨਾਂ ਦਾ ਤੁਸੀਂ ਬਾਬੂ ਜੀ ਦਾ ਨੰਬਰ ਨੋਟ ਕਰ ਲਓ 79-865-0-35-00 ਤਾਂ ਤੁਸੀਂ ਆਪਣਾ ਚੈੱਕ ਕਰਾ ਸਕਦੇ ਵਾ 79-865-0-35-00 ਇਹ ਨੰਬਰ ਆ ਬਾਬੂ ਜੀ ਦਾ ਤੁਸੀਂ ਸੇਠ ਨਾਲ ਗੱਲ ਕਰਕੇ ਆਪਣਾ ਏਜੰਸੀ ਦੇ ਜਿਹੜੇ ਓਨਰ ਨੇ ਉਹਨਾਂ ਨਾਲ ਇਹ ਟਰੈਕਟਰਾਂ ਦੀ ਆਪਣੇ ਟਰੈਕਟਰਾਂ ਦਾ ਆਪਾਂ ਤੁਹਾਨੂੰ ਪਤਾ ਰੇਟ ਮਾਡਲ ਨਹੀਂ ਦੱਸਿਆ ਕਿਉਂਕਿ ਆਪਣੇ ਕੋਲ ਵੀ ਇਹਦੀ ਜਾਣਕਾਰੀ ਨਹੀਂ ਹੈਗੀ ਬਾਬੀ ਨਾਲ ਗੱਲ ਕਰਕੇ ਤੁਸੀਂ ਰੇਟ ਮਾਡਲ ਆਪਣਾ ਦੇਖ ਕੇ ਜੇ ਕੋਈ ਮੇਰਾ ਵੀ ਟਰੈਕਟਰ ਲੈਣਾ ਚਾਹਵਾ ਨਾ ਤੁਸੀਂ ਆ ਕੇ ਆਪਣਾ ਟਰੈਕਟਰ ਦੇ ਸੋਨਾਲੀਕਾ ਏਜੰਸੀ ਪਟਿਆਲਾ ਸਰਹੰਦ ਰੋਡ ਵਾਰ ਨੱਡਾ ਆਪਣਾ ਭਾਰਤ ਪੈਟਰੋਲੀਅਮ ਪੰਪ ਦੇ ਬਿਲਕੁਲ ਸਾਹਮਣੇ ਆਪਣਾ ਰੋਡ ਦੇ ਇੱਧਰਲੀ ਸਾਈਡ ਨਾਲੇ ਦੇ ਉਰੇ ਹੋਲੈਂਡ 'ਤੇ ਆਪਣਾ ਮਹਿੰਦਰਾ ਦੀ ਏਜੰਸੀ ਹੈ ਇੱਥੇ ਏਜੰਸੀਆਂ ਨੇ ਇਹ ਲੋਕੇਸ਼ਨ ਏਜੰਸੀ ਦੀ ਤੁਸੀਂ ਉਰੇ ਆ ਕੇ ਆਪਣਾ ਟਰੈਕਟਰ ਪਰਚੇਜ ਕਰਕੇ ਲਿਜਾ ਸਕਦੇ ਹੋ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈਲ ਦੇ ਬਟਨ ਦਬਾ ਕੇ ਆਪਣੇ ਵੀਡੀਓ ਕਰ ਲਓ ਪ੍ਰੈਸ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਧੰਨਵਾਦ ਜੀ।